ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਆਉਣ ਤੋਂ ਬਾਅਦ ਜਲੰਧਰ ਦੀ ਗੁਰਨੀਤ ਕੌਰ ਦੇ ਘਰ ਜਸ਼ਨ ਦਾ ਮਾਹੌਲ ਹੈ। ਗੁਰਨੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ 'ਚ 12ਵੀਂ ਜਮਾਤ ਦੇ ਨਾਨ ਮੈਡੀਕਲ ਵਿੱਚੋਂ 98.67% ਅੰਕ ਸਕੂਲ ਦੇ ਅਧਿਆਪਕਾਂ ਦੀ ਮਦਦ ਨਾਲ ਘਰ ਵਿੱਚ ਖੁਦ ਪੜ੍ਹਾਈ ਕਰਕੇ ਹਾਸਲ ਕੀਤੇ ਹਨ। ਗੁਰਨੀਤ ਦੀ ਇਸ ਸਫਲਤਾ 'ਤੇ ਉਸ ਦੇ ਪਰਿਵਾਰਕ ਮੈਂਬਰ ਅਤੇ ਸਕੂਲ ਬਹੁਤ ਖੁਸ਼ ਹੈ। ਨਤੀਜਾ ਆਉਣ ਤੋਂ ਬਾਅਦ ਜਸ਼ਨ ਦੇ ਰੂਪ ਵਿੱਚ ਗੁਰਨੀਤ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਦੂਜੇ ਨੂੰ ਮਿਠਾਈ ਖਿਲਾਈ ਹੈ। ਇਸ ਮੌਕੇ ਤੇ ਗੁਰਨੀਤ ਕੌਰ, ਗੁਰਨੀਤ ਦੀ ਮਾਤਾ ਗੁਰਸ਼ਰਨ ਕੌਰ ਅਤੇ ਪਿਤਾ ਸੁਰਿੰਦਰ ਸਿੰਘ ਨੇ ਕਿਹਾ, ਸਰ ਮੈਨੂੰ 98.67% ਲਈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਫਸਟ ਆਫ ਆਲ ਇਹ ਸਾਰਾ ਕੁਛ ਬਾਬਾ ਜੀ ਦੀ ਵਜ੍ਹਾ ਨਾਲ ਹੋ ਰਿਹਾ ਹੈ। ਉਸ ਤੋਂ ਬਾਅਦ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਸਪੋਰਟ ਕੀਤੀ ਅਤੇ ਮੇਰੇ ਟੀਚਰਸ ਨੇ ਇਹ ਸਾਰੀ ਮਿਹਨਤ ਮੈਨੂੰ ਕਰਵਾਈ, ਜਿਹਦੀ ਵਜ੍ਹਾ ਨਾਲ ਅੱਜ ਮੇਰੇ ਇੰਨੇ ਅੱਛੇ ਮਾਰਕਸ ਆਏ ਹੈ। ਸਰ ਮੈਂ ਬੀਟੈਕ ਕਰਨੀ ਆ ਇਨ ਕੰਪਿਊਟਰ ਸਾਇੰਸ। ਸਰ ਹਾਂਜੀ, ਕਦੀ ਕਦੀ ਜਿੱਦਾਂ, ਪਰ ਇੰਨਾ ਜ਼ਿਆਦਾ ਨਹੀਂ, ਥੋੜ੍ਹਾ ਬਹੁਤਾ, ਜਿੱਦਾਂ ਥੋੜ੍ਹਾ ਧਿਆਨ ਥੋੜ੍ਹਾ ਇੱਧਰ ਉੱਧਰ ਹੋ ਜਾਏ ਫਿਰ ਥੋੜ੍ਹਾ ਬਹੁਤਾ ਉੱਦਾਂ ਸਮਝਾਉਂਦੇ ਆ, ਪਰ ਜ਼ਿਆਦਾ ਗੁੱਸਾ ਨਹੀਂ ਕਰਦੇ। ਉੱਦਾਂ ਕਹਿੰਦੇ ਆ ਵੀ ਸਟੱਡੀ ਚੰਗੀ ਤਰ੍ਹਾਂ ਕਰਨੀ ਚਾਹੀਦੀ। ਉਹਨਾਂ ਨੂੰ ਉਮੀਦ ਸੀਗੀ ਕਿ ਮੇਰੇ ਵਧੀਆ ਮਾਰਕਸ ਆਊਗੇ, 10th 'ਚੋਂ ਵੀ ਆਏ ਸੀ, ਹੁਣ ਵੀ ਮੇਰੇ ਆਏ ਅਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸਰ ਬਹੁਤ ਵਧੀਆ ਲੱਗ ਰਿਹਾ ਮੈਨੂੰ, ਮੇਰੇ ਪੇਰੈਂਟਸ ਵੀ ਬਹੁਤ ਖੁਸ਼ ਹੈ ਅਤੇ ਮੇਰੇ ਟੀਚਰਸ ਵੀ ਬਹੁਤ ਖੁਸ਼ ਸੀ ਅੱਜ ਸਕੂਲ। ਸਰ ਮੇਰੀ ਏਮ ਹੈ, ਮੈਂ ਇੰਜੀਨੀਅਰਿੰਗ ਕਰਨੀ ਆ ਔਰ ਮੈਂ ਇੰਜੀਨੀਅਰ ਬਣਨਾ ਹੈ। ਸਰ ਬਹੁਤ ਖੁਸ਼ੀ ਹੋ ਰਹੀ ਹੈ, ਸੰਭਾਲੀ ਨਹੀਂ ਜਾ ਰਹੀ ਖੁਸ਼ੀ ਮੇਰੇ ਕੋਲ ਤਾਂ। ਬਾਕੀ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਹੋਈ ਹੈ, ਪਹਿਲਾਂ ਵੀ ਇੱਦਾਂ ਸੀ, ਹੁਣ ਵੀ ਇੱਦਾਂ ਹੈ। ਪੜ੍ਹਾਈ 'ਚੋਂ ਬਹੁਤ ਸ਼ੌਂਕ ਹੈ ਇਹਨੂੰ ਸ਼ੁਰੂ ਤੋਂ ਹੀ। ਟੀਚਰਸ ਨੇ, ਸਾਰਿਆਂ ਨੇ ਸਕੂਲ ਬਹੁਤ ਮਿਹਨਤ ਕਰਵਾਈ ਹੈ, ਬਸ ਪੇਰੈਂਟਸ ਨੇ, ਪਾਪਾ ਇਹਦਿਆਂ ਨੇ ਬਹੁਤ ਸਪੋਰਟ ਕੀਤਾ ਇਹਨੂੰ, ਕਹਿੰਦੇ ਜੋ ਪੜ੍ਹਨਾ ਪੜ੍ਹ, ਜਿੰਨੀ ਮਰਜ਼ੀ ਮਿਹਨਤ ਕਰ, ਤੇਰੇ ਨਾਲ ਆਪਾਂ। ਸਰ ਨਹੀਂ, ਇੱਦਾਂ ਨਹੀਂ ਹੈ, ਆਪਾਂ ਇਹਨੂੰ ਇਹੀ ਕਿਹਾ ਹੋਇਆ, ਤੇਰਾ ਜਿੰਨਾ ਮਨ ਕਰਦਾ ਤੂੰ ਉਨਾ ਪੜ੍ਹ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਸ਼ੁਰੂ ਤੋਂ ਹੀ ਸਰ ਇਹਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਹੈ, ਸ਼ੁਰੂ ਤੋਂ ਪੜ੍ਹਦੀ ਰਹੀ ਹੈ, ਬਸ ਇਹ ਨਹੀਂ ਕਿ ਮਤਲਬ ਰਾਤੀ 2-2, 3-3 ਵਜੇ ਤੱਕ ਬੈਠੇ ਰਹਿਣਾ, ਇੱਦਾਂ ਦੀ ਕੋਈ ਗੱਲ ਨਹੀਂ। ਬਸ ਮਿਹਨਤ ਆਪਣੇ ਵੱਲੋਂ ਪੂਰੀ ਕਰਦੀ ਹੈ ਅਤੇ ਉਹ ਬਾਬਾ ਜੀ ਨੇ, ਪਰਮਾਤਮਾ ਨੇ ਅੱਜ ਇਹਨੂੰ ਉਹਦਾ ਫਲ ਦਿੱਤਾ ਹੋਇਆ। ਹਾਂਜੀ ਸਰ, ਬਲੈਸਿੰਗਸ ਇਹੀ ਹੈ, ਜਿੱਦਾਂ ਹੁਣ ਇਹਦੇ ਨੰਬਰ ਆਏ ਹੈ, ਇੱਦਾਂ ਹੀ ਅੱਗੇ ਇਹਨੇ ਜੋ ਵੀ ਇਹਦੇ ਜਿਸ ਲਾਈਨ ਵਿੱਚ ਵੀ ਇਹਨੇ ਜਾਣਾ, ਉਹਦੇ ਵਿੱਚ ਵੀ ਇੱਦਾਂ ਮਿਹਨਤ ਕਰਕੇ ਮੈਂ ਕਹਿੰਦੀ ਟੌਪ ਕਰੇ ਔਰ ਸਾਰਿਆਂ ਦਾ ਨਾਮ ਰੋਸ਼ਨ ਕਰੇ। ਮੈਂ ਤਾਂ ਬਹੁਤ ਖੁਸ਼ ਹਾਂ, ਮੈਂ ਤਾਂ ਬੰਨੋ ਸਵੇਰ ਦੇ ਲੱਗੇ, ਮੈਨੂੰ ਬੜੀ ਖੁਸ਼ੀ ਇੰਨੀ ਨਾ, ਇੰਨੇ ਫੋਨ ਆ ਰਹੇ, ਰੱਬ ਕਰੇ ਇਹ ਤਰੱਕੀਆਂ ਕਰੇ ਹੋਰ, ਬਹੁਤ ਰੱਬ ਦਾ ਸ਼ੁਕਰ ਹੈ ਬਹੁਤ। ਬਲੈਸਿੰਗ ਜੋ ਕਰੇ, ਜੋ ਮਨ ਦੀ ਇੱਛਾ ਸਭ ਪੂਰੀ ਹੋਵੇ ਜੀ, ਸਭ ਇੱਛਾ ਪੂਰੀ ਹੋਵੇ ਮਨ ਦੀ। ਸਾਡੇ ਵੱਲੋਂ ਜੋ ਕਰਨਾ, ਇਹਨੇ ਪੜ੍ਹਨਾ, ਜੋ ਲਾਈਫ 'ਚ ਚਾਹੀਦਾ ਉਹਨੂੰ ਸਭ ਮਿਲੇ।